अच्छा भाई दोस्तों, मैंने आपको बताना था कि जो हमारे गांव में एक रेलवे ट्रैक गुजरता, ठीक है, और वहां पे आगे एक स्टेशन है हमारे। मैं अभी आप वहां पे जा रहा हूँ, जैसल स्टेशन है। तो अली भाई, ये कब से बंद है यार, क्यों बंद है, वजह क्या है इसकी? 1947 गड्डी इतनी लंघी चलती है, 1962 तक। 62 तक, ठीक। जरा मेरा चाचा मरीद ने ना, हाँ जी, वो दस दिन के जो डेरे वाला पुल नहीं उड्या, ਉਦੋਂ ਅਸੀਂ ਉੱਤੋਂ ਦੀ ਜਾਂਦੇ ਹੁੰਦੇ ਹਾਂ। ਅੱਛਾ। ਥੱਲੋਂ ਦੀ ਮਸਲਾਂ ਕਿ ਟ੍ਰੇਨ ਜਾਂਦੀ ਹੁੰਦੀ ਸੀ। ਅੱਛਾ। ਉੱਤੋਂ ਦੀ ਟ੍ਰੈਫਿਕ ਜਾਂਦੀ ਹੁੰਦੀ, ਗੱਡੀਆਂ ਜਾਂਦੀਆਂ ਹੁੰਦੀਆਂ ਹਨ। ਠੀਕ। ਇੰਡੀਆ ਦੇ ਲੋਕ ਇੱਧਰ ਉੱਧਰ ਆਉਂਦੇ ਜਾਂਦੇ ਨੇ ਇੱਕ ਦੂਸਰੇ ਹੱਲ। ਉਹ ਫਿਰ ਮਨੀਪ ਭਾਈ, ਇਹ ਮਾਜਰਾ ਹੋਇਆ ਜਿਹੜਾ ਸਾਡੇ ਚਾਚਾ ਹੋਰ ਸਾਨੂੰ ਦੱਸਦੇ ਹਨ ਕਿ ਇੰਡੀਆ ਵਾਲਿਆਂ ਹਮਲਾ ਕੀਤਾ ਇੱਧਰ ਪਾਕਿਸਤਾਨ, ਬੰਬ ਚੁੰਬ ਸੁੱਟਣਾ ਸੀ। ਉਹਦੇ ਸਾਡੇ ਜਵਾਨ ਹੈ ਨਾ ਆਰਮੀ ਦੇ, ਠੀਕ, ਉਹਨਾਂ ਆਪਣੇ ਸਾਹਮਣੇ ਜਾ ਕੇ ਜ਼ਰੂਰਤ ਨਹੀਂ ਲਈ ਹੈਗੀ। ਠੀਕ। ਉਹ ਐਨ ਜੀ ਓ ਪੁਲ ਥੱਲੇ ਆ ਕੇ ਲੋਕ ਤਾਂ ਪੁਲ ਉੱਡ ਗਿਆ ਨਾ ਸੀ। ਠੀਕ। ਉਹ ਅੱਜ ਵੀ ਉੱਥੇ ਉਹਨੂੰ ਆਉਂਦੇ ਡੇਰਿਆਂ ਵਾਲਾ ਪੁਲ, ਕੀ ਆਉਂਦੇ ਨੇ ਡੇਰਿਆਂ ਵਾਲਾ ਪੁਲ, ਡੇਰਿਆਂ ਵਾਲਾ ਪੁਲ ਆਉਂਦੇ ਨੇ। ਅੱਛਾ, ਉਹ ਆ ਟੁੱਟ ਗਿਆ ਤਾ ਹੁਣ? ਉਹ ਆਪਣੀ ਭਾਈ ਜਦੋਂ ਵੀ ਬਾਰਿਸ਼ ਹੁੰਦੀ ਹੈ ਨਾ, ਹੁਣ ਵੀ ਤੁਸੀਂ ਜਾ ਕੇ ਉੱਥੇ ਵੇਖ ਲਓ, ਬਾਰਿਸ਼ ਹੋਏਗੀ ਨਾ। ਠੀਕ। ਜਿਹੜੇ ਉਹ ਥੰਬੇ ਨੇ, ਥੰਬੇ ਮੱਥੇ ਕੰਧਾ ਜਿਹਨੂੰ ਆਉਂਦੇ ਨੇ, ਠੀਕ, ਉਹਨਾਂ ਉੱਤੇ ਖੂਨ ਦੇ ਕਤਰੇ ਨੇ। ਅੱਛਾ, ਖੂਨ ਦੇ ਕਤਰੇ। ਹਾਂਜੀ, ਉਹ ਜਦੋਂ ਬਾਰਿਸ਼ ਹੁੰਦੀ ਉਹ ਐਵੇਂ ਲੱਗਦਾ ਕਿ ਜਿਵੇਂ ਤਾਜ਼ਾ ਦਮ ਖੂਨ ਹੈ, ਮਤਲਬ ਤਾਜ਼ਾ ਹੈ। ਹਾਂਜੀ, ਉਹ ਫਿਰ ਨਾ ਕਾਫੀ ਦੇਰ ਉਹਨਾਂ ਦਾ ਕੇਸ ਚੱਲਦਾ ਰਿਹਾ। ਮਤਲਬ ਕਿ ਜਿਸ ਫੌਜੀ ਨੇ ਮਤਲਬ ਡੇਰਿਆਂ ਦਾ ਪੁਲ ਉਡਾਇਆ ਸੀ ਉਹ ਸ਼ਹੀਦ ਹੋ ਗਿਆ, ਤੇ ਉਹਦਾ ਖੂਨ ਮਤਲਬ ਤਾਜ਼ਾ ਸੀ। ਹਾਂਜੀ, ਖੂਨ ਤਾਜ਼ਾ, ਤੇ ਉਹਨਾਂ ਦਾ ਕੇਸ ਵੀ ਚੱਲਦਾ ਰਿਹਾ ਕਾਫੀ ਦੇਰ, ਉਹਦੀ ਬੀਵੀ ਨੇ ਲੜਿਆ ਕੇਸ। ਠੀਕ ਹੈ। ਉਸ ਉਹਨਾਂ ਦੀ ਕੋਈ ਕਬਰ ਵੀ ਉੱਥੇ ਹੀ ਹੈ ਸ਼ਹੀਦ ਦੀ? ਕਬਰਸਤਾਨ ਵੀ ਉੱਥੇ ਹੀ ਹੈ। ਉਹਦੇ ਬੀਵੀ ਨੇ ਤੇ ਉਹਦੇ ਬੱਚਿਆਂ ਨੇ ਕੇਸ ਲੜਿਆ ਤੇ ਹੁਣ ਅੱਗੋਂ ਕੇਸ ਕਲੀਅਰ ਹੋਇਆ। ਨਹੀਂ ਤੇ ਮੈਂ ਸੁਣਿਆ ਸੀ ਪਹਿਲਾਂ ਉਹਦੀ ਕਬਰ ਤੇ ਨਾ ਜ਼ੰਜੀਰਾ ਲੱਗਿਆ ਹੈ, ਮਤਲਬ ਕਿ ਇੱਕ ਚਲੀ ਕਿ ਉਹਨਾਂ ਆਪਣੇ ਸਾਹਿਬ ਕੋ ਜਿਹੜੇ ਵੀ ਕੈਪਟਨ ਜੋ ਵੀ ਸੀ, ਇਜਾਜ਼ਤ ਤੋਂ ਬਗੈਰ ਹੀ ਪੁਲ ਢਾ ਦਿੱਤਾ ਸੀ। ਹਾਂਜੀ, ਬਗੈਰ ਇਜਾਜ਼ਤ ਇਸੇ ਵਾਸਤੇ ਉਹਨਾਂ ਫਿਰ ਨਾ ਉੱਥੇ ਹੱਥ ਕਰੀ, ਕਾਫੀ ਦੇਰ ਪਈਆਂ ਰਹੀਆਂ ਨੇ। ਅੱਛਾ ਅੱਛਾ। ਇਹ ਹੁਣ ਤਕਰੀਬਨ 2017-18 ਵਿੱਚ ਆ ਕੇ ਉਹਨਾਂ ਨੂੰ ਬਹੁਤ ਕਰੀਆਂ ਤੋਂ ਚੁੱਕੀਆਂ ਨੇ, ਤਾਂ ਹੁਣ ਕੇਸ ਜਿੱਤ ਗਏ ਵੀ ਬਾਜ਼ਾਰ ਵਗੈਰਾ ਬਣਾਇਆ ਤੇ ਲੋਕ ਆਉਂਦੇ ਜਾਂਦੇ ਨੇ। ਹਾਂ, ਫਾਤਿਆ ਕਹਿਣ, ਫਾਤਿਆ ਕਹਿਣ। ਅੱਛਾ, ਫਿਰ ਇਹ ਟ੍ਰੇਨ ਉਸ ਮਤਲਬ ਉਦੋਂ ਦੀ ਬੰਦ ਹੈ? ਉਦੋਂ ਦੀ ਬੰਦ ਹੈ, ਤੇ ਇਹ ਕਾਫੀ ਦਫਾ ਰੇਲਵੇ ਵਾਲੇ ਆਏ ਨੇ, ਆ ਕੇ ਆਉਂਦੇ ਨੇ ਕਿ ਅਸੀਂ ਬਸ ਚਾਲੂ ਕਰਦੇ ਨੇ, ਪਿੱਛੇ ਦੇ ਕੰਮ ਵੀ ਸ਼ੁਰੂ ਕੀਤਾ ਸੀ ਨੇ। ਅੱਛਾ। ਪੱਥਰ ਵਗੈਰਾ ਪਾਉਂਦੇ ਹਨ, ਜਿਹੜੀਆਂ ਲੈਣਾ ਪੱਟਰੀਆਂ ਮੱਥੇ 'ਤੇ ਟੁੱਟ ਗਿਆ ਭੱਜੀਆਂ, ਉਹ ਇਹਨਾਂ ਸਿੱਧੀਆਂ ਪੱਧਰੀਆਂ ਕੀਤੀਆਂ ਹਨ, ਤੇ ਡੰਗਰ ਸਿੰਘ ਜਿਹੜੇ ਲੋਕ ਬੰਦ ਨੇ, ਵੇਖੋ ਨਾ ਮਨੀਪ ਭਾਈ, ਜਨਰਲ ਆਹੋ ਜਨਰਲ ਵਗੈਰਾ ਉਹ ਤੋੜ ਅੱਗੇ ਸਟੇਸ਼ਨ ਤੱਕ ਬੰਨੇ ਦੇ ਨੇ ਉਹਨਾਂ ਨੇ, ਆਹ ਸਾਰੀ ਉਹਨਾਂ ਸਫਾਈ ਕਰਾ ਦਿੱਤੀ ਸੀ, ਮਗਰ ਡੰਗਰ ਡੁੰਗਰ ਨਹੀਂ ਇੱਥੇ ਬੰਨੇ ਉਸ ਤੋਂ ਬਾਅਦ ਟ੍ਰੇਨ ਚਲਾਉਣੀ ਹੈ। ਬਾਅਦ 'ਚ ਫਿਰ ਕੋਈ ਗੱਲਬਾਤ ਨਹੀਂ, ਹੁਣ ਆ ਫਿਰ ਪਰਸੋਂ ਆਏ ਉਹਨਾਂ ਸਾਰੇ ਜਨਰਲ ਕਰਾ ਦਿੱਤੇ ਹਨ ਕਿ ਇੱਥੇ ਮਤਲਬ ਨਹੀਂ ਬੰਨੇ ਕਰਨੇ, ਨਹੀਂ ਬੰਨੇ ਕਰਨੇ, ਫਿਰ ਲੋਕ ਬੰਦ ਰਹੇ ਨੇ। ਨਹੀਂ ਭਾਈ, ਆ ਵੇਖੋ ਨਾ ਸਾਡਾ ਟੇਸ਼ਨ ਜਸਰ ਦੀਆ ਬਾਗ ਹੈ, ਠੀਕ ਹੈ, ਆਹ ਲੋਕਾਂ ਇੱਧਰ ਜਾਨਵਰ ਬੰਨੇ ਨੇ, ਇੱਧਰ ਗੋਬਰ ਨੇ, ਠੀਕ ਹੈ, ਆਪਾਂ ਆਹ ਵੀ ਸਾਰੀ ਰੇਲਵੇ ਦੀ ਜਗ੍ਹਾ ਜਾ ਪਰਾਂ, ਸਾਰੀ ਰੇਲਵੇ ਸਾਰੇ ਜਿਹੜੇ ਨਾ ਮੁਸਾਫਰਖਾਨੇ ਹੁੰਦੇ ਰਹੇ ਇਹਦੇ, ਠੀਕ, ਆਹ ਵੀ ਆ ਉਹ ਵੀ ਉਹ ਵੇਖਣ ਤਾਂ ਤੁਹਾਡੀ ਪੈਂਡ ਹੀ ਹੋਏਗੀ, ਆਹ ਸਾਰਾ ਮੁਸਾਫਰਖਾਨੇ ਹੁੰਦੇ ਰਹੇ ਨੇ, ਠੀਕ ਹੈ, ਤੇ ਲੇਕਿਨ ਹੁਣ ਜਿਹੜਾ ਇਹ ਸਟੇਸ਼ਨ ਹੈ ਜਸਰ ਹੈ, ਜਸਰ ਸਟੇਸ਼ਨ ਜੀ ਆਇਆ ਵਾਲਾ, ਠੀਕ ਹੈ, ਇਹ ਮਨੀਪ ਭਾਈ ਜਿਹੜਾ ਮੁਸਾਫਰਖਾਨਾ ਸੀ ਜਾ ਵੀ ਉਹ ਟਿਕਟ ਘਰ ਹੁੰਦਾ ਰਿਹਾ ਅੱਜ, ਉਹ ਲੱਗ ਤਰਾਸ ਲੱਗ ਜਾ ਕੇ ਵੇਖੀ, ਲੋਕ ਜੇ ਦੂਰ ਦੇ ਮੁਸਾਫਰ ਹੁੰਦੇ ਹਨ, ਹਾਂਜੀ, ਰੈਸਟ ਵਾਸਤੇ ਹੁੰਦੇ ਨੇ, ਠੀਕ ਹੈ, ਇਹ ਵੀ ਰੇਲਵੇ ਸਟੇਸ਼ਨ ਦਾ ਇੱਕ ਪਾਰਟ ਹੈ, ਠੀਕ ਹੈ, ਹਾਂਜੀ, ਠੀਕ, ਮਨੀਪ ਭਾਈ ਟਿਕਟ ਖਾਨਾ ਜੇ, ਇਹ ਬੋਰਡ ਬੜਾ ਮਜ਼ੇਦਾਰ ਲੱਗਾ ਯਾਰ, ਹੈ ਜੀ, ਇਹ ਬੋਰਡ ਕਾਫੀ ਦੇਰ ਦਾ ਜੇ, ਹੁਣ ਉਹ ਵੇਖੋ ਇਹ ਸਾਰਾ ਟਿਕਟ ਘਰ ਹੁੰਦਾ ਰਿਹਾ, ਲੋਕ ਇੱਥੇ ਆ ਟਿਕਟਾਂ ਲੈਂਦੇ ਆ, ਉੱਤੇ ਅੱਡੇ ਚੜ੍ਹਦੇ ਸਰ, ਠੀਕ, ਇਹ ਉੱਤੇ ਭਾਅ ਜੀ ਲਿਖਿਆ ਵੀ ਹੈ ਜੱਸਰ, ਉੱਤੇ ਜੱਸਰ KM ਥਾ ਇਹ ਲਿਖੀ ਦੀ ਡੇਟ, ਉਹ ਵੇਖੋ ਨਾ ਉੱਤੇ, ਹਾਂਜੀ ਹਾਂਜੀ, ਕੀ ਪਤਾ 91 ਬੜਾ ਵਨ, ਤੇ ਇਹ ਮਤਲਬ ਅੰਦਰ ਆ ਕੇ ਸਾਰਾ ਓਵਰਵਿਊ ਕਰਵਾਉਂਦੇ ਆ ਆਪਣੇ, ਵੇਖੋ ਲੋਕ ਇੱਥੇ, ਹੁਣ ਮਨੀਪ ਸਾਹਿਬ ਇਹ ਅੱਗ ਸ਼ੱਗ ਲੱਗੀ ਹੈ ਇੱਧਰ, ਯਾਰ ਵੈਸੇ ਪੁਰਾਣੇ ਜ਼ਮਾਨੇ ਦਾ ਬਣਿਆ ਨਹੀਂ ਚੱਲਿਆ, ਤੇ ਟਿਕਟ ਘਰ ਇਹ ਸੀ, ਇੱਥੋਂ ਟਿਕਟ ਦਿੰਦੇ ਨੇ ਲੋਕਾਂ। ਅੱਛਾ ਅੱਛਾ ਅੱਛਾ। ਅਭੀ ਦੋਸਤੋ, ਹਮ ਆਪਕੋ ਬਤਾਤੇ ਹੈ ਕਿ ਯਹਾਂ ਪੇ ਰੇਟ ਵੀ ਲਿਖੇ ਹੋਂਗੇ, ਕਿਤਨਾ ਕਿਰਾਇਆ ਤਾਂ, ਠੀਕ ਹੈ, ਇਹ ਗਾੜੀ ਕਾ ਜੋ ਵੀ ਗਾੜੀ ਨੰਬਰ ਨੰਬਰ ਲਿਖਿਆ ਹੋਇਆ, ਮਿੰਟ ਘੰਟੇ ਗਾੜੀਓ ਕੇ ਔਕਾਤ ਲਿਖੇ ਹੋਏ, ਨਾਮ ਸਟੇਸ਼ਨ ਇਹ ਦਰਬਾਰ ਸਾਹਿਬ ਜੋ ਗੁਰੂ ਨਾਨਕ ਨੇ ਅਭੀ ਬਣਾ, ਇਹ ਵੋ ਉਸਕਾ ਬਸਤਾਨ ਉੜਕੋ ਸ਼ਕਰਗਾਰ ਚੱਕ ਅਮਰੂ ਤੱਕ ਗਾੜੀ, ਲਾਹੌਰ ਸੇ ਚੱਕ ਅਮਰੂ ਤੱਕ ਆਤੀ ਜਾਤੀ ਸੀ। ਇਹ ਕਿਰਾਇਆ ਬੜਾ ਲਿਮਿਟਡ ਹੈ ਉਸ ਜ਼ਮਾਨੇ 'ਚ, 5 ਰੁਪਏ ਦਾ ਤੇ 10 ਪੈਸਾ, ਇਹ 10
पैसे इस तरह काफी मतलब पैसों की बड़ी डिमांड थी, काम थे, सफर ज्यादा था, पैसे काम थे, फील नहीं होता था इतना। हाँ जी चलो यार हूँ मतलब कि थोड़ा सारा फिर भी लोगों वास्ते एक जगह बनी दी है, बंदा फिर तो लोग भी दूर दूर आए वेखन है। चलो सिचुएटेड तो है ना, अच्छा अली यार डब्बा भी पिया इतने, तो डब्बे का की काम से यार? डब्बा वैसे ही आया ही, बाद वापस ही नहीं गया। चलो जी ते चलो ठीक है यार, वैसे हमारा स्टेशन तो बड़ा मजेदार ही, अगर चालू होंगे तो लोगों वास्ते भी बेनीफिट ही अली भाई, लोगों ने इतने अपनी चीजा बेचनिया करनी रखिया ने, किराया वगैरह लैके तो लोगों ने इधर उधर छड़ के ना है ਕਾਫੀ ਧੁੰਦੀ ਪਿਆ ਪੁਲ ਦੇ ਉੱਤੇ ਚੜ ਗਿਆ ਦਾ ਅੱਜ ਬਸੈਂਤਰ ਪੁਲ ਸੀ। ਹਾਂਜੀ ਹਾਂਜੀ ਬਸੈਂਤਰ ਆ ਪੁਲ ਨਹੀਂ ਸਰਕ ਛੋਟੀ ਸੀ ਜਿਹਦੀ ਵਜ੍ਹਾ ਦਾ ਪਤਾ ਨਹੀਂ ਚੱਲਿਆ। ਆਹ ਧੁੰਦੀ ਬਾਈ ਤੂੰ ਮੈਂ ਵੇਖਿਆ ਸੀ ਉਹਦਾ ਨਾ ਵੀਡੀਓ ਫੇਸਬੁੱਕ ਵਟਸਐਪ 'ਤੇ ਉਹਨਾਂ ਯੂਟਿਊਬ 'ਤੇ ਚੱਲ ਹੀ ਦਿਖ ਗਈ, ਇਹ ਗੱਲਾਂ ਦਾ ਸ਼ੁਕਰ ਹੈ ਨੁਕਸਾਨ ਹੋਣ ਤੋਂ ਬਚ ਲਿਆ ਸੀ। ਚਲੋ ਜੀ ਜਨੀਬ ਭਾਈ ਆ ਜੀ, ਸਾਰੀ ਜਿਹੜੀ ਆ ਨਾ ਰੇਲਵੇ ਦੀ ਜਗ੍ਹਾ ਉਹ ਵੇਖੋ, ਉਹ ਵੀ ਇੱਕ ਮੁਸਾਫਰ ਖਾਨਾ ਹੈ, ਸਿਰਕੀ ਖਾਨਾ, ਸਿਰਕੀ ਵਗੈਰਾ ਤੂਰੀ ਛੁਰੀ ਲਾਈ ਦੀ ਹੈ। ਆਹੋ ਚੱਲੋ ਨਾ ਜਿਹੜਾ ਇਹ ਤੁਹਾਨੂੰ ਵਿਖਾਉਂਦੇ ਜਿਹੜੇ ਕਾਨੇ ਨੇ ਇਹਨਾਂ ਦਾ ਕੀ ਪ੍ਰੋਸੀਜਰ ਹੈ ਅਤੇ ਕੀ ਕਰਦੇ ਨੇ ਕਿਵਾਲੀ ਭਾਈ? अच्छा दोस्तों यहाँ पे आपने देखा हमने आपको रेलवे स्टेशन के बारे में थोड़ा सा इंट्रोड्यूस करवाया था कि ये रेलवे स्टेशन हमारे जसड़ में जो क्यों बंद है किस वजह से, ठीक है। और यहाँ पे साथ ही हम आपको बताते हैं ये हमारे गांव का ये कारोबारी काम है, ठीक है, मतलब रोज़गार गांव के अंदर ही लग जाता है। क्यों अली भाई? अच्छा ये बताएं ये क्या चीज़ है यार ये जो खड़ा किया हुआ मूसल? अच्छा ਇਹਨਾਂ ਦੇ ਮਨੀਬ ਭਾਈ ਇਹਨਾਂ ਦੇ ਬੜੇ ਫਾਇਦਾ ਇਹਦੇ। ਅੱਛਾ ਪਹਿਲਾ ਫਾਇਦਾ ਇਹ ਘਰਾਂ ਦੇ ਵਿੱਚ ਰੋਟੀ ਛੋਟੀ ਬਣਦੀ ਉਹਦੇ ਤੇ ਕੰਮ ਆ ਜਾਂਦੀ ਹੈ ਨਹੀਂ ਚਲੋ। ਕਿਹੜੀ ਚੀਜ਼ ਹੈ ਮਤਲਬ ਇਹ ਚੀਜ਼? ਇਹ ਜਿਹੜੀ ਛਿੱਲੀ ਹੈ। ਹਾਂਜੀ ਹਾਂਜੀ ਇਹ ਘਰਾਂ ਦੇ ਫਿਰ ਜਿਹੜਾ ਗੰਨੇ ਦਾ ਰਸ ਹੁੰਦਾ ਗੁੜ ਵਗੈਰਾ ਨਹੀਂ ਬਣਾਉਂਦਾ ਉਹਦੇ 'ਚ ਵੀ ਇਸਤੇਮਾਲ ਹੋ ਜਾਂਦੀ ਹੈ। ਠੀਕ ਹੈ ਹਾਂਜੀ ਅੱਗ ਵਾਸਤੇ ਜ਼ਿਆਦਾ ਇਹਦਾ ਇੰਪੋਰਟੈਂਟ ਫਾਇਦਾ ਨਾ ਉਹ ਇਹ ਵਾਲੀ ਦੀ ਸਿਲਾਈ ਕਰਵਾ ਕੇ ਨਾ ਇਹ ਕਾਨੇ ਬਾਅਦ 'ਚ ਬਣਾਏ ਜਾਂਦੇ ਨੇ। ਇਹ ਛਿੱਲੀ ਤਿਆਰ ਕੀਤਾ ਜਾਂਦਾ ਵੈ ਇਹ ਕਾਨਾ ਵੈ? ਹਾਂਜੀ ਇਹ ਤਿਆਰ ਕਰਕੇ ਬਾਅਦ 'ਚ ਇਹ ਬਣਾਈ ਜਾਂਦੀ ਜੀ ਸਿਰਕੀ। ਸਿਰਕੀ ਇਹ ਜਿਹੜੇ ਲੋਕ ਇੱਧਰ ਮਸਲਾ ਕਿ ਸਿੰਧ ਵਾਲੀ ਸਾਈਡ 'ਚ ਇੱਧਰ ਪੂਰੇ ਪਾਕਿਸਤਾਨ 'ਚ ਬਾਹਰ ਵਗੈਰਾ ਸਾਰੇ ਜਾਂਦੀਆਂ ਨੇ, ਠੀਕ ਮਤਲਬ ਇਹ ਬਣਾਉਂਦੇ ਕਿੰਜ ਨੇ ਕੀ ਹਿਸਾਬ ਦਾ ਪੈਦਾ? ਇਹ ਮੂਲ ਭਾਈ ਕਾਨੇ ਹੁਣ ਵੇਚਿਆ ਨਹੀਂ ਤੁਹਾਨੂੰ ਦੱਸ ਦੇ। ਇਹ ਲਓ ਭਾਅ ਜੀ ਕਾਨਾ ਇੱਕ ਲੋਹਾ ਤੁਸੀਂ ਲਾ ਕੇ ਦੱਸੋ। ਇਹ ਬਾਈ ਸਾਹਿਬ ਆਪਕੋ ਬਤਾਤੇ ਹੈ ਕੈਸੇ ਇਹ ਬਣਤਾ ਹੈ। ਇਹ ਐਂਡ ਕਰਕੇ ਨਾ ਅਮਨੀਤ ਭਾਈ ਆ ਨੇ। ਅੱਛਾ ਇਹਨੂੰ ਐਂਡ ਕਰਕੇ ਤੁਮਾਇਸ਼ ਦੇ ਮੁਤਾਬਕ ਰੱਖ ਕੇ ਇਹਨੂੰ ਐਂ ਬਣਾਈ ਜਾਂਦੀ ਹੈ, ਠੀਕ ਹੈ। ਇਹ ਬਾਅਦ 'ਚ ਅਮਨੀਤ ਭਾਈ ਛੱਤਾਂ 'ਚ ਇਸਤੇਮਾਲ ਹੋ ਜਾਂਦੀ ਹੈ, ਠੀਕ ਹੈ। ਅਤੇ ਜਿਹੜੇ ਲੋਕ ਬਾਹਰ ਜਾਂਦੀ ਪਾਰਸਲ ਹੋ ਕੇ ਠੀਕ ਕੰਟੇਨਰਾਂ 'ਚ लंबा लंबा बनी जाने जो फोटो के मुताबिक चाहिए। और अगर तुम लोग नए हो तो सब्सक्राइब।